एक पासे जिथे दो प्रेमी प्यार जाहर करते हैं ते सारी उम्र एक दूजे दे नाल रहन दा वादा करते हैं, पर जदों एक साथी अपना वादा तोड़दा है ते किसी होर नाल बंधन विच शामिल होने की कोशिश करता है तो प्यार दा ए बंधन एक तूफान वांग आउंदा है। यही वापरे जंडियाला गुरु दे जे पैलेस विखे जिथे बिक्रमजीत सिंह निवासी झबाल रोड अमृतसर दा व्याह एक रूबीना नाल हो रहा सी। प्लाइस विच व्याह दी रस्म चल रही सी कि दोपहर नूं सलीना नाम दी एक लड़की ने आके हंगामा करदिया कहा कि उसका बिक्रमजीत सिंह नाल प्रेम संबंध सी ते उस नाल व्याह करवाउण दा वादा कीता सी, जो हुण किसे होर नाल व्याह करवा रहा है। पीड़ित लड़की ने थाना जंडियाला गुरु नूं भी शिकायत की है, उसने व्याह करन तो भी इनकार कर दिता सी। जदों गल की गई सी एस आई बलराज सिंह नूं दस्या कि उन्हां वल्लों मामले की जांच की जा रही है। मेरे नाल धोखा होया, मैनूं धोखा दे के किसे होर नाल व्याह करा रहे हैं, मैनूं इंसाफ चाहिए बस।
ਸਰਕਾਰ ਤੋਂ ਹੀ ਮੰਗਿਆ ਕਿ ਮੇਰੇ ਨਾਲ ਜੋ ਵੀ ਬਣਦੀ ਕਾਰਵਾਈ ਹੋ ਕੀਤੀ ਜਾਵੇ। ਤੁਹਾਡੇ ਕੋਲ ਪ੍ਰੂਫ ਹੈਗੇ? ਤੁਹਾਡੇ ਕੋਲ ਪ੍ਰੂਫ ਹੈਗੇ ਉਹ ਲੜਕੇ ਨਾਲ ਕਿਹੜੇ ਪ੍ਰੂਫ ਹੈ? ਮੈਨੂੰ ਦਰਖਾਸਤ ਵੀ ਦਿੱਤੀ ਹੋਈ, ਮੈਨੂੰ ਸੁਣਿਆ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਵਿਆਹ ਕਰਵਾ ਰਿਹਾ ਮੇਰੇ ਤੋਂ ਚੋਰੀ, ਇਹ ਦਰਖਾਸਤ ਵੀ ਦਿੱਤੀ ਆ, ਇਹ ਟਾਈਮ ਗਾਂਗਾ ਪਾਉਂਦਾ ਰਿਹਾ, ਠੀਕ ਆ ਕਿ ਆਇਆ ਨਹੀਂ ਟਾਈਮ ਤੇ, ਤੇ ਇਹਨੇ ਕਿਹਾ ਕਿ ਮੈਨੂੰ 4-5 ਦਿਨ ਚਾਹੀਦੇ ਆ, ਮੈਂ 4-5 ਦਿਨ ਤੋਂ ਬਾਅਦ ਆਵਾਂਗਾ। ਤੇ ਮੈਨੂੰ ਬਾਅਦ ਚ ਪਤਾ ਲੱਗਦਾ ਕਿ ਇਹਨੇ 5 ਦਿਨਾਂ ਦੇ ਵਿੱਚ ਆਪਣਾ ਵਿਆਹ ਕਰਵਾ ਲਿਆ। ਕਿੰਨਾ ਚਿਰ ਦੇ ਪ੍ਰੂਫ ਜੇ ਤੁਹਾਡੇ ਕੋਲ? ਮੇਰੇ ਕੋਲ ਪੂਰੇ 2 ਸਾਲ ਦਾ ਪ੍ਰੂਫ ਹੈ। ਦਰਖਾਸਤ ਦਿੱਤੇ ਨੂੰ ਕਿੰਨਾ ਸਮਾਂ ਹੋ ਗਿਆ ਜੀ? ਦਰਖਾਸਤ ਮੈਂ 26 ਤਰੀਕ ਨੂੰ 25 ਜਾਂ 26 ਤਰੀਕ ਨੂੰ ਦਰਖਾਸਤ ਦਿੱਤੀ। ਕਿਹੜੀ ਥਾਂ ਦਿੱਤੀ ਹੈ ਜੀ? ਮੰਡਲ 2 ਚ ਦਿੱਤੀ। ਕਿਹੜੀ ਥਾਂ ਤੇ ਦਿੱਤੀ ਦਰਖਾਸਤ? ਕਿਸ ਜਗ੍ਹਾ ਤੇ ਦਰਖਾਸਤ ਦਿੱਤੀ ਤੁਸੀਂ? ਤੁਹਾਨੂੰ ਇੱਥੇ ਕਿਵੇਂ ਪਤਾ ਲੱਗਾ ਵੀ ਅੱਜ ਬਰਾਤ ਆਈ ਹੈ? ਬੜੇ ਲੋਕਾਂ ਨੂੰ ਫੋਨ ਕੀਤਾ, ਮੈਂ ਕੁਛ ਬੰਦੇ ਦੇ ਘਰ ਦੇ ਬਾਹਰ ਛੱਡੇ ਕਿ ਜਿਹੜੇ ਮੈਨੂੰ ਸਾਰੀ ਇਨਫੋਰਮੇਸ਼ਨ ਦੇਣਗੇ, ਮੈਨੂੰ ਸਾਰਾ ਕੁਛ ਦੱਸਿਆ ਬੰਦਿਆਂ ਨੇ, ਮੈਂ ਕਰਦੀ ਕਰਦੀ ਸਰ ਮੈਂ ਇਹਦੀ ਗੱਡੀਆਂ ਨਾਲ ਕੋਲ ਗਿਆ ਤੇ ਮੈਂ ਕਰਦੀ ਕਰਦੀ ਉੱਥੋਂ ਤੱਕ ਪਹੁੰਚੀ। ਲੜਕੇ ਦਾ ਕੀ ਨਾਂ ਜੀ? ਵਿਕਰਮਜੀਤ ਸਿੰਘ। ਵਿਕਰਮ ਜੀ, ਨਾਮ ਕੀ ਆਪਣਾ? ਨਾਮ ਜੀ ਮੇਰਾ ਨਾਮ ਸੁਨੀਤਾ। ਕਿਹੜਾ ਪਿੰਡ ਜੀ? ਸਾਡਾ ਨਵਾਂ ਜੀ। ਸੁਨੀਤਾ ਪਿੰਡ ਜੀ, ਕੀ ਕੰਮ ਹੈ, ਕੀ ਗੱਲ ਕੀ ਹੋਈ ਹੈ? ਗੱਲ ਇਹ ਹੋਈ ਹੈ ਕਿ ਸਾਡੀ ਕੁੜੀ ਨੂੰ ਆਂਦਾ ਰਿਹਾ ਵਾ ਵੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਵਾ, ਜੇ ਕੁੜੀ ਬਾਹਰ ਕੰਮ ਕਰਨ ਜਾਂਦੀ ਤਾਂ ਉਹਨੂੰ ਕਹਿੰਦਾ ਵੀ ਘਰ ਨੂੰ ਵਾਪਸ ਆ ਜਾ, ਰੋ ਰੋ ਕੇ ਵੀਡੀਓ ਕਾਲ ਕਰਦਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ, ਤੂੰ ਇੱਥੇ ਆ ਜਾ, ਤੂੰ ਆ ਜਾ ਆ ਜਾ। ਇਹ ਕਿੰਨਾ ਚਿਰ ਤੋਂ ਚੱਲ ਰਿਹਾ ਇਹਨਾਂ ਦਾ? ਇਹ 2 ਸਾਲ ਤੋਂ। ਤੁਹਾਡੀ ਲੜਕੀ ਦਾ ਕੀ ਨਾਂ ਜੀ? ਮੇਰੀ ਲੜਕੀ ਦਾ ਸਲੀਨਾ। ਤੇ ਉਹਨਾਂ ਦੇ ਪਿਤਾ ਜੀ ਦਾ ਕੀ ਨਾਂ? ਪ੍ਰੇਮ। ਪ੍ਰੇਮ ਸਿੰਘ। ਅੱਜ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੁੰਡਾ ਵਿਆਹ ਕਰਵਾਉਣਾ? ਅੱਜ ਕੁੜੀ ਸ਼ੋਅ ਤੋਂ ਆਈ ਹੈ ਤੇ ਉਹਦੇ ਘਰ ਥੜੀ ਗੱਡੀ ਕੱਢੀ ਇਹਨੇ। ਅੱਛਾ। ਅੱਜ ਛੱਤ ਮੈਨੂੰ ਪੈਂਦਾ ਪਿਆ ਜਦੋਂ ਵਿਆਹ ਵਾ ਤੇ ਉਹਦੇ ਵੀ ਗੱਡੀ ਕੱਢੀ ਹੈ ਤੇ ਮੁੜ ਕੇ ਆਈ ਆ ਉਧਰੋਂ ਦੀ ਤੇ ਵੇਖਿਆ ਤਾਂ ਲੈਟਾਂ ਲੋਟਾਂ ਚੱਲੀਆਂ, ਮੂਵੀ ਵਾਲੇ ਫਿਰਦੇ ਪਏ ਆ, ਸਾਰਾ ਵਿਆਹ ਦਾ ਮਾਹੌਲ ਪੂਰਾ ਬਣਿਆ। ਮੁੰਡਾ ਮੁੰਡੇ ਦਾ ਕੀ ਨਾਂ ਜੀ? ਵਿਕਰਮਜੀਤ ਸਿੰਘ। ਕਿੱਥੋਂ ਦਾ? ਚਬਾਹ ਰੋਡ ਦਾ। ਪਹਿਲਾਂ ਕੋਈ ਦਰਖਾਸਤ ਦਿੱਤੀ ਤੁਸੀਂ? ਹਾਂਜੀ ਦਿੱਤੀਆਂ ਦਰਖਾਸਤਾਂ। ਕਿੰਨੇ ਚਿਰ ਪਹਿਲਾਂ ਦਿੱਤੀਆਂ? ਇਹ ਕਾਫੀ ਚਿਰ ਹੋ ਗਿਆ। ਇੱਧਰ ਮੇਰੀ ਕੁੜੀ ਤੁਹਾਨੂੰ ਪਤਾ ਬੇਟੀ ਕਿਹੜੀ ਜਗ੍ਹਾ ਦਿੱਤੀ ਦਰਖਾਸਤ? ਇੱਕ ਮਜੀਠਾ ਰੋਡ ਥਾਣੇ 'ਚ, ਇੱਕ ਇੱਥੇ ਲੌੜੀ ਗੇਟ ਹੈ ਥਾਣੀ। ਕੀ ਚਾਹੁੰਦੇ ਹੋ ਪ੍ਰਸ਼ਾਸਨ ਕੋ ਕੀ ਚਾਹੁੰਦੇ ਤੁਸੀਂ? ਅਸੀਂ ਇਨਸਾਫ ਚਾਹੁੰਦੇ ਹਾਂ ਕਿ ਸਾਡੀ ਕੁੜੀ ਨਾਲ ਇਨਸਾਫ ਬਹੁਤ ਕੀਤਾ ਜਾਵੇ, ਕਿਉਂਕਿ ਸਾਡੀ ਕੁੜੀ ਦੀ ਬੇਇੱਜ਼ਤੀ ਇਹਨਾਂ ਚਿਹਰੇ ਨਾਲ ਯੂਜ਼ ਕਰਕੇ ਛੱਡਣ ਡਿਆ ਵਾ। ਤੁਹਾਨੂੰ ਪਹਿਲਾਂ ਪਤਾ ਸੀ ਤੁਹਾਡੀ ਲੜਕੀ ਨਾਲ ਉਹਨਾਂ ਦੇ ਸੰਬੰਧ ਹੈਗੇ ਆ? ਹਾਂਜੀ, ਇਹ ਘਰ ਆਉਂਦਾ ਰਿਹਾ, ਹਰ ਮਾਰਦਾ ਰਿਹਾ ਆਣ ਕੇ। ਕਿੰਨਾ ਚਿਰ ਹੋ ਗਿਆ ਤੁਹਾਨੂੰ ਪਤਾ ਲੱਗੇ ਨੂੰ ਵੀ ਤੁਹਾਡੀ ਲੜਕੀ ਨੇ ਇਹਨਾਂ ਦਾ ਸੰਬੰਧ? ਇਹਨੇ ਕੁੜੀ ਸਾਡੀ ਨੂੰ ਮਾਰਿਆ ਕੁੱਟਿਆ ਵੀ ਆ, ਮਾਰ ਕੁੱਟ ਕੇ ਇਹਨੇ ਲਾਸ਼ਾਂ ਮੂੰਹ ਦੇ ਪਾਈਆਂ, ਉਹ ਵੀ ਸਾਡੇ ਕੋਲ ਫੋਟੋ ਮਾਇਆ ਕਰ ਰਹੇ, ਇੱਥੇ ਉਦੋਂ ਵੀ ਕਾਨੂੰਨੀ ਕਾਰਵਾਈ ਕੀਤੀ ਆ, ਲੇਕਿਨ ਇਹ ਆਉਂਦਾ ਨਹੀਂ ਰਿਹਾ, ਇਹ ਤੋਂ ਪੇਸ਼ ਹੀ ਨਹੀਂ ਹੁੰਦਾ ਉੱਥੇ। ਇਹਦੀਆਂ ਕਰਤੂਤਾਂ ਨੇ ਵੀਰ ਜੀ, ਆ ਤੁਸੀਂ ਲੜਕੀ ਨੂੰ ਜਾਣਦੇ ਜੀ? ਵੀਰ ਜੀ, ਜੇ ਤੁਸੀਂ ਸਹੀ ਹੈਗੇ ਆਪਣਾ ਨਾਮ ਦੱਸ ਕੇ ਸਹੀ ਗੱਲ ਕਰੋ, ਕੀ ਗੱਲ ਹੈਗੀ? ਇੱਧਰ ਦੇਖੋ, ਇੱਧਰ ਮੂੰਹ ਕਰੋ ਭਾਜੀ।